ਕਹਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਪੀਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹੈ ਕਿ ਜਿਹੜੇ ਅਸੀਂ ਸੰਗਤ ਨਾਲ ਬਚਨ ਕੀਤਾ ਸੀ ਇਸ ਵਾਰ ਐਗਜੈਕਟਿਵ ਬਣ ਦੇ ਉੱਤੇ ਕਿ ਅਸੀਂ ਸਾਰੇ ਕੰਮ ਪਾਰਦਰਸ਼ੀ ਕਰਾਂਗੇ। ਲਗਾਤਾਰ ਅਸੀਂ ਉਹਨਾਂ ਕੰਮਾਂ ਨੂੰ ਵੇਰਵੇ ਅਨੁਸਾਰ ਇਕੱਲੇ ਇਕੱਲੇ ਨੂੰ ਅਸੀਂ ਲੈ ਕੇ ਚੱਲਦੇ ਆ ਰਹੇ ਹਾਂ। ਮੇਰੇ ਖਿਆਲ ਬਹੁਤ ਸਾਰੇ ਕਾਰਜ ਐਸੇ ਹੈ ਜਿਨ੍ਹਾਂ ਨੂੰ ਅਸੀਂ ਤਕਰੀਬਨ ਸੰਗਤਾਂ ਦੇ ਸਾਹਮਣੇ ਬਿਲਕੁਲ ਪਾਰਦਰਸ਼ੀ ਢੰਗ ਦੇ ਨਾਲ ਪੇਸ਼ ਕੀਤੇ ਜਾ ਰਹੇ ਹਨ। ਹੁਣ ਵੀ ਕਿਉਂਕਿ ਸਭ ਤੋਂ ਵੱਡੀ ਸਾਡੀ ਮੁਸੀਬਤ ਸੀ ਕਿ ਜਿੰਨੇ ਸਾਡੇ ਸਕੂਲ ਕਾਲਜ ਗੁਰਦੁਆਰੇ ਹੈ ਉਹਨਾਂ ਦਾ ਇੰਟਰਨਲ ਆਡੀਟਰ ਜਿਹੜਾ ਉਹ ਅਸੀਂ ਕਰਾਈਏ। ਐਕਸਟਰਨਲ ਆਡਿਟ ਤਾਂ ਸਾਡੀ ਗੌਰਮੈਂਟ ਜਿਹੜੀ ਹੈ ਉਹ ਕਰਦੇ ਹੀ ਕਰਦੇ ਹੈ, ਪਰ ਕਈ ਵਾਰ ਤਿੰਨ ਤਿੰਨ ਸਾਲ ਚਾਰ ਸਾਲ ਸਾਲ ਨਹੀਂ ਕਰਦੇ ਅਤੇ ਅਸੀਂ ਸਮਝਦੇ ਹਾਂ ਵੀ ਉਹ ਤਾਂ ਇੱਕ ਸਟੈਂਪ ਵਾਲਾ ਹੀ ਗੱਲ ਹੋ ਜਾਂਦੀ ਹੈ ਕਿ ਉਹ ਕਰਕੇ ਆਉਂਦੇ ਚਾਰ ਸਾਲ ਬਾਅਦ ਅਤੇ ਉਹ ਚਲੇ ਜਾਂਦੇ ਆ। ਉਹਦੇ ਨਾਲ ਸਾਡੀ ਸੈਟਿਸਫੈਕਸ਼ਨ ਨਹੀਂ ਸੀ, ਬਹੁਤ ਸਾਰੀਆਂ ਮੁਸ਼ਕਲਾਂ ਆਈਆਂ। ਜਿਸ ਤਰ੍ਹਾਂ ਕਈ ਸਟੋਰਾਂ ਦੇ ਵਿੱਚ ਕਈ ਚੀਜ਼ਾਂ ਗੈਪ ਹੋ ਜਾਂਦੀਆਂ, ਕਈ ਚੀਜ਼ਾਂ ਮਿਲਦੀਆਂ ਨਹੀਂ, ਕੋਈ ਘਾਟੇ ਵਾਧੇ ਸ਼ੋਅ ਹੁੰਦੇ ਹੈ। ਆ ਪਿੱਛੇ ਤੁਸੀਂ ਐਡੀ ਵੱਡੀ ਸਾਡੀ ਵੱਧ ਕਿਸਮ ਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਭਵਨ ਜਿਹੜਾ ਸੀ ਉਹਦੇ ਵਿੱਚ ਹੀ ਕਿੰਨਾ ਵੱਡਾ ਸਾਡਾ ਜਿਹੜਾ ਫਰਾਡ ਹੋ ਗਿਆ ਸੀ, ਕਿੱਡੇ ਵੱਡੀ ਗਲਤੀ ਹੋ ਗਈ ਸੀ। ਜੇ ਇਹ ਆਡਿਟ ਟਾਈਮ ਨਾਲ ਹੁੰਦਾ ਰਹਿੰਦਾ ਤਾਂ ਸ਼ਾਇਦ ਇੱਥੇ ਤੱਕ ਨੌਬਤ ਨਾ ਪਹੁੰਚਦੀ। ਇਸੇ ਕਰਕੇ ਅਸੀਂ ਕਿਹਾ ਸੀ ਕਿ ਹਰ ਗੁਰਦੁਆਰੇ ਦਾ, ਹਰ ਕਾਲਜ ਦਾ, ਹਰ ਸਕੂਲ ਦਾ, ਹਰ ਸੰਸਥਾ ਦਾ ਜਿਹੜਾ ਆਡਿਟ ਹੈ ਉਹ ਅਸੀਂ ਆਪ ਕਰਾਵਾਂਗੇ। ਫਿਰ ਅਸੀਂ ਸੈਂਟਰਲਾਈਜ਼ ਨਹੀਂ ਕੀਤਾ ਇਹਨੂੰ, ਬਿਲਕੁਲ ਬੈਂਕਾਂ ਦੀ ਤਰ੍ਹਾਂ ਜਿੱਦਾਂ ਬੈਂਕਾਂ ਦੇ ਡੀਸੈਂਟਰਲਾਈਜ਼ ਆਡਿਟ ਹੁੰਦੇ ਹੈ ਉਸ ਤਰਜ਼ ਦੇ ਉੱਤੇ ਅਸੀਂ ਕੰਮ ਸ਼ੁਰੂ ਕਰਨ ਲੱਗੇ। ਇਹਦੇ ਲਈ ਅਸੀਂ ਤਕਰੀਬਨ 24-25 ਕੰਪਨੀਆਂ ਜਿਹੜੀਆਂ ਉਹ ਅਸੀਂ ਲਈਆਂ। ਹਰ ਜ਼ਿਲ੍ਹੇ ਦੇ ਵਿੱਚ ਕੰਪਨੀ ਘੱਟੋ ਘੱਟ ਇੱਕ ਕੰਪਨੀ ਲਾਈ ਹੈ ਜਿਹੜੀ ਸਾਰੇ ਸਕੂਲਾਂ ਕਾਲਜਾਂ ਅਤੇ ਜਿਹੜੇ ਗੁਰਦੁਆਰੇ ਹੈ ਸੰਬੰਧਿਤ ਜਿਹੜਾ ਡਿਸਟ੍ਰਿਕਟ ਦੇ ਹੈ ਉਹਨਾਂ ਨੂੰ ਦੇਖੇਗਾ। ਔਰ ਉਹਦੇ ਵਿੱਚ ਜਿਹੜੀਆਂ ਸਾਨੂੰ ਹਰ ਦਸ ਤਰੀਕ ਨੂੰ ਮਹੀਨੇ ਦੀ 10 ਤਰੀਕ ਨੂੰ ਸਾਰੀ ਰਿਪੋਰਟ ਜਿਹੜੀ ਹੈ ਇੱਥੇ ਪੇਸ਼ ਕਰਿਆ ਕਰੇਗਾ, ਜਿਹੜਾ ਹੈੱਡ ਆਫਿਸ ਦੇ ਵਿੱਚ ਆਏਗੀ। ਜਿਹੜਾ ਵੀ ਕੋਈ ਕਿਸੇ ਵੇਲੇ ਵੀ ਕੋਈ ਫਰਾਡ ਹੋਵੇ ਉਹਨੂੰ ਤੁਰੰਤ ਹੈੱਡ ਆਫਿਸ ਦੇ ਵਿੱਚ ਇਨਫੋਰਮ ਕਰੇਗੀ। ਸ਼ਰਤਾਂ ਉਹਨਾਂ ਦੀਆਂ ਬੜੀਆਂ ਸਖਤ ਲਾਈਆਂ ਗਈਆਂ। ਸ਼ਰਤਾਂ ਦੇ ਵਿੱਚ ਬਹੁਤ ਸਾਰੀਆਂ ਨੇ, ਮੈਂ ਥੋੜ੍ਹੀਆਂ ਜਿਹੜੀਆਂ ਮੇਨ ਹੈ ਉਹ ਦੱਸਾਂਗੀ ਕਿ ਜਿਹੜੀਆਂ ਚੈੱਕ ਕੀਤੀਆਂ ਗਈਆਂ ਕੈਸ਼ ਬੁੱਕ ਦੀਆਂ ਰਸੀਦਾਂ, ਵਾਊਚਰ ਅਤੇ ਟ੍ਰਾਂਸਫਰ ਵਾਊਚਰਾਂ ਦੀ ਨੰਬਰ ਭਾਵ ਜਿਸ ਨੰਬਰ ਤੋਂ ਸ਼ੁਰੂ ਹੋਣਗੇ ਅਤੇ ਅੰਤਲਾ ਨੰਬਰ ਜਿਹੜਾ ਉਹ ਸਾਨੂੰ ਤਰੀਕ ਅਨੁਸਾਰ ਰਿਪੋਰਟ ਕਰੇਗਾ। ਸਟਾਕ ਰਜਿਸਟਰ ਜਿਵੇਂ ਕਿ ਲੰਗਰ, ਸਟੋਰ, ਜਨਰਲ ਇਮਾਰਤੀ, ਬਿਜਲੀ, ਪਸ਼ੂ, ਧਨ, ਗੁਰਮਤ ਲਿਟਰੇਚਰ ਆਦਿ ਵਿਭਾਗ ਦੀਆਂ ਲੈਜ਼ਰਾਂ ਮਹੀਨੇਵਾਰ ਤਸਦੀਕ ਕੀਤੀਆਂ ਜਾਣਗੀਆਂ। ਸਕੂਲਾਂ, ਕਾਲਜਾਂ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਮਹੀਨੇਵਾਰ ਚਿੱਠੇ ਅਕਾਊਂਟੈਂਟ ਵੱਲੋਂ ਤਿਆਰ ਕਰਵਾ ਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ, ਸਕੂਲਾਂ ਕਾਲਜਾਂ ਦੇ ਮੁਖੀਆਂ ਵੱਲੋਂ ਤਸਦੀਕ ਕਰਵਾ ਕੇ ਫਿਰ ਜਿਹੜਾ ਯਕੀਨੀ ਬਣਵਾ ਕੇ ਜਮ੍ਹਾਂ ਕਰਵਾਇਆ ਜਾਵੇ। ਦਫ਼ਤਰ ਵੱਲੋਂ ਚੱਲ ਰਹੀਆਂ ਗੱਡੀਆਂ ਨੂੰ ਦਫ਼ਤਰੀ ਆਰਡਰ ਅਤੇ ਲਾਗ ਬੁੱਕ ਅਨੁਸਾਰ ਚੈੱਕ ਕੀਤਾ ਜਾਵੇ ਅਤੇ ਮਾਈਲੇਜ ਵੀ ਚੈੱਕ ਕੀਤੀ ਜਾਵੇ ਅਤੇ ਲਾਗ ਬੁੱਕਾਂ ਨੂੰ ਤਸਦੀਕ ਕੀਤਾ ਜਾਵੇ। ਜਿਹੜਾ ਸਾਡਾ CA ਹੋਏਗਾ ਉਹ ਇਹਨਾਂ ਸਾਰਿਆਂ ਨੂੰ ਆਪ ਤਸਦੀਕ ਕਰੇਗਾ। ਫਿਰ ਸਕੂਲਾਂ, ਕਾਲਜਾਂ ਅਤੇ ਗੁਰਦੁਆਰਿਆਂ ਨਾਲ ਸੰਬੰਧਿਤ ਸਾਰੇ ਬਿੱਲ ਨੂੰ ਚੈੱਕ ਕਰਨ ਉਪਰੰਤ ਬਿੱਲਾਂ ਨੂੰ ਮੋਹਰ ਲਗਾ ਕੇ ਤਸਦੀਕ ਕੀਤਾ ਜਾਵੇ।